अलैकुम। आज हम मिलाएंगे आप लोगों को मेरे दादा बू के साथ। ये दादा बू हैं और वहाँ पे बाबा बैठे हुए हैं। अच्छा, तो इन जो के फसलों के ऊपर फसलें वगैरह लगाना होता है, तो आप बताएं कि सबसे पसंदीदा फसल आपकी कौन सी थी? आलू आलू। क्या वजह क्या है उसकी? ये सब्जियों में इसकी तो पैसे ज़्यादा इकट्ठे होते थे, सही। खर्च भी ज़्यादा होता था और पैसे भी ज़्यादा इकट्ठे होते आलू खाना भी पसंद है थे। हाँ आपको? जी, आलू खाना भी हर सब्जी में डाल लेते हैं। सही। और क्या मशवरा देंगे जो लोग ये काम करते हैं, जिनका पेशा है ये इस तरह लगाना फसलें वगैरह? बस वो सब्जियों पर काम करते हैं ना, जो वो आलू ज़्यादा लगाते हैं सही। बस। अच्छा, और बाबा ने बताया था कि आप फुटबॉल खेला करते थे, तो हाँ जी, उसके कैसे टीम्स होती थी, कहाँ खेलते थे? और मैं लेफ्ट आउट खेलता था। 4-5 साल मैंने कप्तानी की है एक जग की टीम की। गोल सही। वगैरह भी करते थे आप? हाँ जी बिल्कुल। कोई मैच जीता हो आपने, कोई यादगार मैच कोई जीता हो हाँ, गोल डाला है खेलते टीम को? सर से का 24 चक्कर परले पर जीत सर उसे टूर्नामेंट से का उसे अब्बा जी भी गया से नाई टीरिया नाई से आए भी ना इन लैके गया से उसे। अच्छा, टूर्नामेंट से हो? हाँ टूर्नामेंट से का अच्छा, वो भी अच्छी जित के आए थे। तो पिछों दी ना गोल कीपर गोला पिछों दी इस तरह नाई के गया से उधरों गोल हो गया। अच्छा। वो कहने पे नहीं है वो हाजी साहब ने ना कुछ पढ़ के फूक मारी गोल हो फूक गया। मारी इस वास्ते सन गोल हो गया। अच्छा, हाँ वो जित गया सी फिर तुसीं ओ मैच? जी उदो कप्तान सी तुसीं? अच्छा, मैच ते ज्यादा इत्थे खेलदे हुंदे सी एक चक वाले ग्राउंड च? हाँ जी इत्थे भी टीमां सुने आउंदियां हुंदियां सी इत्थे भी बाहरों? आउंदियां हुंदियां। हाँ बिल्कुल आउंदियां। सही 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 ठीक है। ਤੇ ਤੁਸੀਂ ਅੱਗੋਂ ਮੈਟ੍ਰਿਕ ਵੀ ਕੀਤਾ ਹੈ ਪੰਜਾਬ ਯੂਨੀਵਰਸਿਟੀ, ਉਹ ਤੁਹਾਡੀ ਸਨਦ ਪੁਰਾਣੇ ਦੌਰ 'ਚ ਮੇਰੇ ਜ਼ਿਹਨ 'ਚ ਹੈ, ਹਾਂ ਉਹ ਕੋਈ ਯਾਦ ਕੋਈ? ਮੈਟ੍ਰਿਕ ਤਾਂ ਕੀਤਾ ਹੈ ਨਾ। ਔਰ ਪੰਜਾਬ ਯੂਨੀਵਰਸਿਟੀ ਤੋਂ ਕੀਤਾ ਹੈ ਮਾਸ਼ਾ ਹਾਂ ਅੱਲਾਹ। ਜੀ ਉਹ ਹਾਂ ਜੀ ਉਹ ਪੰਜਾਬ ਕੋਈ ਯਾਦ ਯੂਨੀਵਰਸਿਟੀ ਕੋਈ ਸਟੂਡੈਂਟ ਦੌਰ ਦੀ ਕੋਈ ਯਾਦ ਤੁਹਾਨੂੰ, ਕੋਈ ਕਲਾਸ ਫੈਲੋ ਯਾਦ ਹੋਵੇ, ਕੋਈ ਕੋਈ ਅੱਛੀ ਗੱਲ ਕੋਈ, ਜਾਂ ਕੋਈ ਟੀਚਰ ਜਿਹਨੇ ਕੋਈ ਸੋਟੀ ਸੋਟੀਆਂ ਜ਼ਿਆਦਾ ਮਾਰੀਆਂ ਹੋਣ ਤੁਹਾਨੂੰ ਕੋਈ ਚੀਜ਼? ਅਤੇ ਪੜ੍ਹੇ ਕਿੱਥੇ ਅਸੀਂ, 10ਵੀਂ ਕਿੱਥੋਂ ਕੀਤੀ ਸੀ, ਕਿਹੜੇ ਸਕੂਲੋਂ ਇੱਥੋਂ ਕਾੜਿਓ ਕੀਤੀ ਸੀ? 10ਵੀਂ ਕਾੜਿਓ ਕੀਤੀ ਸੀ? ਹਾਂ ਜੀ ਹਾਂ। ਕਿਹੜਾ ਸਕੂਲ ਸੀ ਤੁਹਾਡਾ? MB ਹਾਈ ਸਕੂਲ MB ਇੱਥੋਂ ਕਾੜੇ ਸ਼ਹਿਰ 'ਚ? ਇੱਥੋਂ ਫਿਰ ਉਹ PTI ਸਾਹਿਬ ਸੀ ਆਲਾ ਬਖਸ਼। ਅੱਛਾ, ਸਾਹਿਬ ਹੁਣ ਆਉਂਦੇ ਹੁੰਦੇ ਸੀਗੇ। ਉਹ ਨਾ ਮੈਂ ਫੁੱਟਬਾਲ ਅੱਛਾ ਖੇਡਦਾ ਸੀ ਨਾ, ਅੱਛਾ ਉਹ ਮੇਰੇ ਕੋਲ ਪਿੱਛੇ ਪੈ MBC ਸਕੂਲ ਤੋਂ ਸਲਾਮੀਆ ਸਕੂਲ 'ਚ ਲੈ ਕੇ ਗਿਆ, ਫਿਰ ਇੱਥੋਂ ਆ ਕੇ ਉੱਧਰ ਲੈ ਗਿਆ। ਅੱਛਾ, ਉੱਧਰ ਰਿਦਾ ਉਹਨਾਂ ਨੂੰ ਵੀ ਦੱਸੋ ਜਰਾ। ਹਾਂ ਸਹੀ। ਉੱਧਰ ਜਰਾ ਕੈਮਰਾ ਉਹਦੇ ਲੈ ਅੱਛਾ ਇੱਧਰੋਂ MB ਸਕੂਲ 'ਚੋਂ ਕਢਾ ਕੇ ਨਾ ਮੇਰਾ ਸਲਾਮੀਆ ਸੂਬ ਦੇ ਵਿੱਚ ਲੈ ਗਿਆ, ਟੀਮ ਦੇ ਵਿੱਚ ਸ਼ਾਮਿਲ ਵੀ ਕਰ ਲਿਆ। ਅੱਛਾ, ਖਿਲਾੜੀ ਹੋਣ ਦੀ ਵਜ੍ਹਾ ਨਾਲ? ਹਾਂ ਜੀ। ਅੱਛਾ, ਤੇ ਕਿਹੜੀ ਪੋਜੀਸ਼ਨ ਤੇ ਖੇਲਦੇ ਹੁੰਦੇ ਸੀ ਫੁੱਟਬਾਲ ਤੁਸੀਂ? ਲੈਫਟ ਆਊਟ ਦੇ ਆਵਾ ਖੇਲ, ਲੈਫਟ ਆਊਟ। ਖੱਬਾ ਮੇਰਾ ਪੈਰ ਚੱਲਦਾ, ਸੱਜਾ ਵੀ ਚੱਲਦਾ। ਲੈਫਟ ਆਊਟ ਮਤਲਬ ਵੀ ਖੱਬੇ ਪਾਸੇ ਬਾਹਰੋਂ ਬਾਹਰ ਯਾਨੀ ਕਿ? ਹਾਂ ਜੀ। ਤੇ ਗੋਲ ਕਿੰਨੇ ਕੀਤੇ ਹੋਣੇ ਆ, ਰਫ ਅੰਦਾਜ਼ਾ ਕੋਈ ਜ਼ਿੰਦਗੀ 'ਚ ਫੁੱਟਬਾਲਰ ਦੇ ਤੌਰ ਤੇ, 20-25-30 ਜਾਂ ਬਹੁਤ ਕੀਤੇ ਸੀ ਗੋਲ ਕਰਦੇ ਰਹੇ ਗੋਲ? ਨਹੀਂ ਹਰ ਮੈਚ ਦੇ ਵਿੱਚ ਕੋਈ ਨਾ ਕੋਈ ਗੋਲ ਕਰ ਲਈ, ਇੱਕ ਅੱਧਾ ਗੋਲ ਕਰ ਦਿੰਦੇ ਸੀ। ਹਾਂ ਜੀ ਜ਼ਬਰਦਸਤ। ਤੇ ਜਦੋਂ ਕਪਤਾਨ ਸੀਗੇ ਉਦੋਂ ਉਹ ਵੀ ਅਰਸਾ ਤੁਹਾਡਾ ਅੱਛਾ ਰਿਹਾ ਖੇਲ ਦੇ ਹਿਸਾਬ ਨਾਲ? ਬਿਲਕੁਲ ਬਿਲਕੁਲ। ਠੀਕ, ਚਲੋ ਮਾਸ਼ਾ ਉਹ ਸਾਰਾ ਇੱਕ ਚੱਕ ਦੀ ਟੀਮ ਜਿਹੜੀ ਸੀਗੀ ਨਾ ਇਹ ਬਾਹਰ ਇੱਧਰ ਖੇਲਣ ਜਾਂਦੇ ਸੀ, 52 ਚੱਕ ਜਾਣਾ ਔਰ 24 'ਚ ਜਾਣਾ, ਜੀਤ ਸਰ ਅੱਗੇ ਹੁੰਦਾ ਸੀ ਉੱਥੇ ਜਾਣਾ। ਤੇ ਸ਼ਹਿਰੋਂ ਬਾਹਰ ਵੀ ਕਦੀ ਗਏ ਸੀ ਫੁੱਟਬਾਲ ਖੇਲਣ ਕਿ ਨਹੀਂ? ਹਾਂ ਜੀ 52 ਹੁੰਦਾ 52 ਚੱਕ। ਅੱਛਾ, ਨਹੀਂ ਸਾਹੀਵਾਲ ਕੋਈ ਸਾਹੀਵਾਲ ਵਗੈਰਾ ਜਾਂ ਹੋਰ ਕਿਸੇ ਸ਼ਹਿਰ? ਹਾਂ ਨਹੀਂ ਸਾਹੀਵਾਲ ਤੇ ਕੁਆੜੇ 'ਚ ਰਹਿੰਦੇ ਹੁੰਦੇ ਸੀ? ਬਾਹਰ ਨਹੀਂ ਲੱਗਦੇ ਰਹੇ ਸੀ, ਮੁਲਤਾਨ ਜਾ ਕੇ ਖੇਡਦੇ ਰਹੇ। ਅੱਛਾ, ਜੀ ਪੁੱਛ ਲਓ। ਹਾਂ ਪੁੱਛ ਲਓ, ਕੋਈ ਮਸਲਾ ਨਹੀਂ, ਉਰਦੂ ਵਿੱਚ ਜ਼ਰੂਰੀ ਨਹੀਂ ਹੈ। ਹਾਂਜੀ ਅੱਬੂ ਜੀ, ਅੱਜ ਤੁਸੀਂ ਇਹ ਦੱਸੋ, ਮਾਸ਼ਾਅੱਲਾ ਤੁਸੀਂ ਇੰਨੀ ਅੱਛੀ ਭਰਪੂਰ ਜ਼ਿੰਦਗੀ ਗੁਜ਼ਾਰੀ ਆ, ਅੱਲਾਹ ਤਾਲਾ ਨੇ ਤੁਹਾਨੂੰ ਇੰਨਾ ਆਲਾ ਮਕਾਮ ਦਿੱਤਾ, ਮਾਸ਼ਰੇ ਤੁਹਾਡੀ ਇੱਜ਼ਤ ਹੈ, ਤੁਸੀਂ ਇੱਕ ਕਾਮਯਾਬ ਇਨਸਾਨ ਰਹੇ ਹੋ, ਫੁੱਟਬਾਲਰ ਰਹੇ ਹੋ, ਜ਼ਿਮੀਂਦਾਰਾਂ ਦਾ ਕੰਮ ਕੀਤਾ ਹੈ, ਮਾਸ਼ਾਅੱਲਾ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ, ਆਪਣੇ ਪੋਤੇ ਪੋਤੀਆਂ ਨਿਵਾਸੀ ਨਿਵਾਸੀਆਂ ਸਭ ਨੂੰ ਇੰਜੋਏ ਕਰ ਰਹੇ ਹੋ ਮਾਸ਼ਾਅੱਲਾ। ਤੇ ਤੁਸੀਂ ਦੱਸੋ ਕਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿੱਦਾਂ ਇਹ ਪੈਗਾਮ ਦਿਓ ਕਿ ਲੋਕਾਂ ਨੂੰ ਕੀ ਕੀ ਕਰਨਾ ਚਾਹੀਦਾ, ਬੱਚਿਆਂ ਨੂੰ ਅਸੀਂ ਕਿੱਦਾਂ ਤੁਹਾਡੇ ਨਕਸ਼ੇ ਕਦਮ ਤੇ ਚੱਲੀਏ? ਬਸ ਇਹ ਹੀ ਹੈ ਵੀ ਮਿਹਨਤ ਜਿਹੜੀ ਆ ਨਾ, ਮਿਹਨਤ ਜ਼ਰੂਰੀ ਹੈ ਹਰ ਕੰਮ ਦੇ ਵਿੱਚ ਨਾ, ਜਿਹੜੀ ਤੁਸੀਂ ਮਿਹਨਤ ਕਰਾਂਗੇ ਉਹਦਾ ਫਲ ਅੱਲਾਹ ਤਾਲਾ ਜ਼ਰੂਰ ਦਵੇਗਾ। ਹਾਂ
ਔਰ ਅੱਬੂ ਜੀ ਤੁਸੀਂ ਇੰਨੇ ਹੰਬਲ ਕਿੱਦਾਂ ਹੋ ਇਹ ਦੱਸੋ ਸਾਨੂੰ ਬੜੇ ਤੁਸੀਂ ਨਰਮ ਮਜ਼ਾਜ ਹੋ ਮੈਂ ਹਮੇਸ਼ਾ ਜਦੋਂ ਦੀ ਮੇਰੀ ਸ਼ਾਦੀ ਹੋਈ ਹੈ ਨਾ ਮੈਂ ਤੇ ਸਾਜਦ ਨੂੰ ਇਹੀ ਕਹਿੰਦੀ ਰਹੀ ਕਿ ਸਾਜਦ ਅੱਬੂ ਦੀ ਮੈਨੂੰ ਆਹ ਚੀਜ਼ ਇੰਨੀ ਅੱਛੀ ਲੱਗਦੀ ਹੈ ਸ਼ੁਰੂ ਤੋਂ ਹੀ ਤੁਸੀਂ ਸ਼ੁਰੂ ਤੋਂ ਹੀ ਹੰਬਲ ਦਾ ਉਰਦੂ ਚ ਕੀ ਮੈਂ ਨਾ ਨਰਮ ਮਜ਼ਾਜ ਆਜਜ਼ੀ ਵਗੈਰਾ ਗੁੱਸਾ ਘੱਟ ਹੀ ਕਹੋਗੇ ਗੁੱਸਾ ਨਹੀਂ ਬਿਲਕੁਲ ਇਹ ਕੀ ਮਸ਼ਵਰਾ ਦਿੰਦੇ ਹੋ ਤੁਸੀਂ ਅਗਲੀ ਪੌਦ ਨੂੰ ਵੀ ਗੁੱਸੇ ਵਾਲਾ ਹੋਣਾ ਚਾਹੀਦਾ ਜਾਂ ਸਭ ਨਰਮ ਮਜ਼ਾਜ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਅੱਜ ਦੇ ਇੰਟਰਵਿਊ ਬਹੁਤ ਸ਼ੁਕਰੀਆ